ਕਿਸੇ ਨੂੰ ਪਗੜੀ ਉਹਦਾ ਪੀਰ ਬਣਾਈਂਦਾ, ਕਿਸੇ ਨੂੰ ਪਗੜੀ ਸ਼ੇਖੁਲ ਹਦੀਸ ਬਣਾਈਂਦਾ, ਕਿਸੇ ਦੀ ਦਸਤਾਰ ਬੰਦੀ ਉਸਤਾਦ ਕਰਾਂਦਾ। ਲੇਕਿਨ ਇਹ ਸਾਡਾ ਉਹ ਪੀਰ ਏ ਜਿਹਦੀ ਦਸਤਾਰ ਬੰਦੀ ਆਲਮ ਬੇਦਾਰੀ ਖੁਦ ਸਰਕਾਰ ਅੰਬਿਆ ਨੇ ਫਰਮਾਇਆ। ਔਰ ਦਸ ਸਾਲ ਪੀਰ ਸਿਆਲ ਦਾ ਸਾਇਆ ਕੋਈ ਨਹੀਂ। ਆਪ ਰਾਤ ਨੂੰ ਹੀ ਛਤਰੀ ਲੈਂਦੇ ਆ। ਮੌਲੀ ਸਾਹਿਬ ਆਦਨ ਮੌਲੀ ਮੁਅੱਜ਼ਮ ਦੀਨ ਮਰੂਲਵੀ, ਜਿਹੜੇ ਅੱਜ ਕੱਲ੍ਹ ਮੁਅੱਜ਼ਮ ਆਬਾਦ ਸ਼ਰੀਫ ਹੈ ਉਹਨਾਂ ਦੇ ਨਾਂ 'ਤੇ, ਉਹ ਆਦਨ ਵੀ ਮੈਨੂੰ ਹੁਕਮ ਆ ਵੀ ਦਿਨ ਨੂੰ ਹੀ ਛਤਰੀ ਰੱਖਣੀ, ਰਾਤ ਨੂੰ ਵੀ। ਮੇਰੇ ਦਿਲ 'ਚ ਆਇਆ ਵੀ ਰਾਤ ਨੂੰ ਛਤਰੀ ਦੀ ਕੀ ਲੋੜ, ਦਿਨ ਨੂੰ ਤਾਂ ਧੁੱਪ ਹੁੰਦੀ ਹੈ। ਫਿਰ ਮੈਨੂੰ ਸਮਝ ਆਈ ਕਿ ਅਸਲ ਮੇਰਾ ਪੀਰ ਇਤਨਾ ਨੂਰਾਨੀ ਹੋ ਚੁੱਕਾ ਹੈ ਕਿ ਇਹ ਪੂਰਾ ਨੂਰ ਹੋ ਗਿਆ, ਇਹਦਾ ਸਾਇਆ ਕੋਈ ਨਹੀਂ, ਇਹ ਲੁਕਾਈਂਦਾ ਪਿਆ ਆਪਣੀ ਸ਼ਾਨ ਨੂੰ। ਮੈਂ ਇੱਕ ਰਾਤੀ ਛਤਰੀ ਪਿੱਛਾ ਲੈ ਕੇ ਬਹਿ ਗਿਆ ਕਿਸੇ ਬਹਾਨੇ, ਚਾਨਣੀ ਰਾਤ ਆਈ, 10 ਕਦਮ ਹਜ਼ਰਤ ਪੀਰ ਸਿਆਲ ਟੁਰਦੇ ਗਏ। ਮੈਂ ਵੇਖਿਆ ਸੱਜੇ ਖੱਬੇ ਅੱਗੇ ਪਿੱਛੇ ਕਿਦਾਈ ਨਹੀਂ ਮੇਰੇ ਪੀਰ ਦਾ ਸਾਇਆ ਕੋਈ ਨਹੀਂ। दोस्तों, इसी तरह की मज़ीद वीडियोज़ के लिए हमारे चैनल को सब्सक्राइब कीजिएगा, वीडियो को लाइक कीजिएगा। अल्लाह हाफिज़।